ਸੰਗਰੂਰ ਦੇ ਲੌਂਗੋਵਾਲ 'ਚ ਹੋਏ ਸਕੂਲ ਵੈਨ ਹਾਦਸੇ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ 'ਚ ਆਇਆ ਹੈ। ਪੰਜਾਬ ਦੇ ਸੰਗਰੂਰ ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚੋਂ ਪ੍ਰਸ਼ਾਸਨ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੇਕਰ ਗੱਲ ਸੰਗਰੂਰ ਦੇ ਲਹਿਰਾ ਗਾਗਾ ਦੀ ਕੀਤੀ ਜਾਵੇ ਤਾਂ ਇੱਥੇ ਵੀ ਪ੍ਰਸ਼ਾਸਨ ਨੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਹੈ ਅਤੇ 17 ਸਕੂਲ ਬੱਸਾਂ ਨੂੰ ਥਾਣੇ ਵਿੱਚ ਬੰਦ ਵੀ ਕੀਤਾ ਹੈ। ਇਹਨਾਂ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਦਾ ਕੋਈ ਵੀ ਇੰਤਜ਼ਾਮ ਨਹੀਂ ਸੀ। ਇਹਨਾਂ ਬੱਸਾਂ 'ਚ ਨਾ ਤਾਂ ਫਾਇਰ ਸੇਫਟੀ, ਨਾ ਫਸਟ ਏਡ ਕਿੱਟ ਅਤੇ ਨਾ ਹੀ ਇਹਨਾਂ ਬੱਸਾਂ ਦੇ CCTV ਕੈਮਰੇ ਹੀ ਚੱਲਦੇ ਸਨ। ਇਹ ਬਹੁਤ ਸਾਰੇ ਵਾਹਨ ਐਸੇ ਹਨ ਜੋ ਕਿ ਸਕੂਲ ਲਈ ਵਰਤਣ ਦੇ ਯੋਗ ਹੀ ਨਹੀਂ ਸਨ, ਪਰ ਇਸ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਲਗਾਤਾਰ ਇਹਨਾਂ ਵਾਹਨਾਂ ਦਾ ਇਸਤੇਮਾਲ ਬੱਚਿਆਂ ਨੂੰ ਲਿਆਉਣ ਤੇ ਉਹਨਾਂ ਨੂੰ ਛੱਡਣ ਲਈ ਕੀਤਾ ਜਾ ਰਿਹਾ ਸੀ। ਵੇਖਣ 'ਚ ਆਇਆ ਹੈ ਕਿ ਇਹਨਾਂ ਵਾਹਨਾਂ 'ਚ ਸਮਰੱਥਾ ਨਾਲ ਵਧੇਰੇ ਬੱਚੇ ਵੀ ਬਿਠਾਏ ਜਾਂਦੇ ਸਨ। ਬੱਸ ਚਲਾਉਣ ਵਾਲੇ ਡਰਾਈਵਰਾਂ ਕੋਲ ਉਹਨਾਂ ਦਾ ਲਾਇਸੈਂਸ ਤੱਕ ਵੀ ਨਹੀਂ ਹੈ। ਸਰ, ਜਿਹੜੀਆਂ ਅੱਜ ਬੈਨਾਂ ਫੜੀਆਂ ਗਈਆਂ 'ਚ ਕੀ ਕੀ ਕਮੀ ਪਾਈ ਗਈ ਅਤੇ ਕੀ ਚਾਹੀਦਾ ਸੀ? ਸਤਿ ਸ਼੍ਰੀ ਅਕਾਲ ਜੀ, ਮੈਂ 71 RTA ਸੂਰ ਕਰਮਜੀਤ ਸਿੰਘ ਛੀਨਾ। ਮੈਂ ਆਪਣੀ ਟੀਮ ਦੇ ਨਾਲ ਸਵੇਰ ਦਾ ਹੀ ਤਕਰੀਬਨ 7 ਵਜੇ ਤੋਂ ਪਹਿਲਾਂ ਦਾ ਹੀ ਚੈਕਿੰਗ 'ਤੇ ਹਾਂ, ਜਿਹਦੇ ਤਹਿਤ ਮੈਂ ਵੱਖ ਵੱਖ ਸਕੂਲਾਂ ਦੀਆਂ ਜਿਵੇਂ ਕਿ ਬਾਬਾ ਬੰਦਰ ਸਿੰਘ ਬੱਸ ਹੋ ਗਈ, ਅਦਰ ਸਕੂਲ ਦੀ ਬੱਸ ਹੈਗੀ ਹੈ, ਸੀਬਾ ਸਕੂਲ ਦੀਆਂ ਬੱਸਾਂ ਹੈਗੀਆਂ ਨੇ, ਇਹ ਬੱਸਾਂ ਦੇ ਵਿੱਚ ਕਾਮੀਆਂ ਪਾਈਆਂ ਗਈਆਂ ਵੀ ਇਹਨਾਂ 'ਚ ਨਾ ਤਾਂ ਅੱਗ ਬੁਝਾਉਣ ਵਾਲਾ ਯੰਤਰ ਹੈਗਾ, ਨਾ ਇਹਨਾਂ 'ਚ ਕੋਈ ਅਟੈਂਡੈਂਟ ਹੈਗਾ, ਪਲੱਸ ਇਹਨਾਂ 'ਚ ਕੋਈ ਕਾਗਜ਼ ਵੀ ਨਹੀਂ ਹੈਗੇ। ਕੁਛ ਡਰਾਈਵਰਾਂ ਕੋਲ ਡਰਾਈਵਿੰਗ ਲਾਇਸੈਂਸ ਵੀ ਹੈ ਨਹੀਂ, ਔਰ ਮੇਨ ਗੱਲ ਇਹ ਹੈ ਕਈ ਬੱਸਾਂ ਕੋਲ ਫਿਟਨੈਸ ਵੀ ਹੈ ਨਹੀਂ, ਬਿਕੋਜ਼ ਇਹ ਫਿਟਨੈਸ ਆਪ ਇਹਨਾਂ ਨੇ ਕਰਾਉਣੀ ਹੁੰਦੀ ਹੈ ਸਾਡੇ ਕੋਲ ਆ ਕੇ। ਜਦੋਂ ਇਹ ਪਾਇਆ ਗਿਆ ਕਾਗਜ਼ ਪੱਤਰ ਦੇ ਕੇ ਕਿ ਇਹਨਾਂ ਫਿਟਨੈਸ ਹੈ ਨਹੀਂ, ਤਾਂ ਇਹ ਬੱਸ ਜਿਹੜੀ ਹੈਗੀ ਹੈ ਕਾਨੂੰਨ ਤੌਰ 'ਤੇ ਬੰਦ ਕੀਤੀ ਗਈ। ਸਰ, ਇਹਦੇ ਵਿੱਚ CCTV ਕੈਮਰੇ ਨਹੀਂ, ਫਸਟ ਏਡ ਬਾਕਸ ਨਹੀਂ ਹੈਗੇ ਜਾਂ ਫਾਇਰ ਵਾਲੀਆਂ, ਉਹ 'ਚ ਕੀ ਕਮੀਆਂ ਪਈਆਂ ਗਈਆਂ? ਕਈ ਵੇਖਣ 'ਚ ਆਇਆ ਹੈਗਾ ਜਿਹੜੀਆਂ ਬੱਸਾਂ 'ਚ ਅਸੀਂ ਇੱਥੇ ਤਕਰੀਬਨ 17 ਬੱਸਾਂ ਦੇ ਅਸੀਂ ਚਲਾਨ ਕੀਤੇ ਹੈਗੇ ਆ, ਉਹਨਾਂ ਦੇ ਵਿੱਚ ਅੱਗ ਬੁਝਾਉਣ ਵਾਲਾ ਯੰਤਰ ਜਿਹਨੂੰ ਕਈ ਅੰਗਰੇਜ਼ੀ ਫਾਇਰ ਐਕਸਟਿੰਗੁਇਸ਼ਰ ਕਹਿ ਦਿੰਦੇ ਹੈਗੇ ਆ, ਉਹ ਵੀ ਨਹੀਂ ਪਾਏ ਗਏ। ਕੁਛ ਬੱਸਾਂ ਦੇ ਵਿੱਚ CCTV ਕੈਮਰੇ ਖਰਾਬ ਨੇ, ਕੁਛ ਦੇ ਵਿੱਚ ਟੁੱਟੇ ਹੋਏ ਨੇ, ਕਈਆਂ ਦੇ ਵਿੱਚ ਇੱਕ ਦੋ ਜਿਵੇਂ ਟੇਪ ਰਿਕਾਰਡ ਚੈੱਕ ਕੀਤੇ ਉਹ ਵੀ ਮੈਂ ਚਲਾਨ ਕੱਟੇ ਹੈਗੇ ਆ, ਔਰ ਕਈ ਡਰਾਈਵਰ ਚਲਾਉਣ ਵਾਲੇ ਆਪਣੀ ਸੀਟ ਬੈਲਟ ਦਾ ਯੂਜ਼ ਨਹੀਂ ਉਪਯੋਗ ਨਹੀਂ ਕਰਦੇ ਹੈਗੇ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ, ਔਰ ਇਹਨਾਂ ਦੇ ਜਿਹੜੇ ਸਪੀਡ ਕੋਰਨਰ ਨੇ ਉਹ ਵੀ ਚੈੱਕ ਕੀਤੇ ਜਾਣਗੇ। ਮੈਂ ਆਪਣੇ ਨਾਲ ਆਪਣੇ MB ਸਾਹਿਬ ਦਾ ਆਫਿਸ ਦਾ ਇੱਕ ਆਪਣਾ ਮੇਰਾ ਸਟਾਫ ਦਾ ਬੰਦਾ ਮੇਰੇ ਨਾਲ ਵੀ ਹੈਗਾ ਜਿਹੜਾ ਅਸੀਂ ਟੈਕਨੀਕਲੀ ਬੱਸਾਂ ਚੈੱਕ ਕਰਾਂਗੇ। ਸਰ, ਸਕੂਲ ਬੱਸਾਂ ਵਾਲਿਆਂ ਦੇ ਜਿਹੜੇ ਡਰਾਈਵਰ ਆ ਉਹਨਾਂ ਦੇ ਵਰਦੀ ਪ੍ਰੋਪਰ ਹੈਗੀ ਸੀ ਚੈੱਕ ਕਰੀ? ਨਹੀਂ, ਸਿਰਫ 16-17 ਬੱਸਾਂ ਦੇ ਵਿੱਚੋਂ ਤਕਰੀਬਨ 6-7 ਬੰਦੇ ਨੇ ਵਰਦੀ ਪਾਈ ਹੋਈ ਸੀ, ਬਾਕੀ ਨੇ ਵਰਦੀਆਂ ਚਲਾਨ ਕੱਟੇ ਗਏ ਨੇ, ਸਕੂਲ ਨੂੰ ਨੋਟਿਸ ਇਸ਼ੂ ਕੀਤੇ ਗਏ ਨੇ। ਸਰ, ਜਿਹੜੀਆਂ ਅੱਜ ਬੱਸਾਂ ਬੰਦ ਕੀਤੀਆਂ, ਕੱਲ੍ਹ ਇਹ ਇਹਨਾਂ ਕੋਲ ਕਈਆਂ ਕੋਲ ਕਾਗਜ਼ ਪੂਰੇ ਆ, ਜੇ ਹੋਰ ਕਮੀਆਂ ਪਾਈਆਂ ਗਈਆਂ, ਕੀ ਇਹਨਾਂ ਨੂੰ ਬੌਂਡ ਕੀਤਾ ਜਾਊਗਾ ਜੇ ਜੁਰਮਾਨੇ ਨਾਲ ਛੱਡਿਆ ਜਾਏਗਾ? ਕੀ ਹੈਗਾ ਜਿਹਨਾਂ ਦੇ ਗੱਡੀਆਂ ਦੇ ਕਾਗਜ਼ ਪੂਰੇ ਹੋਣਗੇ ਸਾਡੇ ਕੋਲ ਲੈ ਕੇ ਆਉਣਗੇ, ਔਰ ਕਾਨੂੰਨ ਤੌਰ 'ਤੇ ਜਿਹਨਾਂ ਦਾ ਕਾਗਜ਼ ਕੋਈ ਸਹੀ ਹੋਊਗਾ ਉਹ ਤਾਂ ਛੱਡੀਆਂ ਜਾਣਗੀਆਂ ਕਾਗਜ਼ ਦੇ ਕੇ, ਜਿਹਨਾਂ ਕੋਲ ਨਹੀਂ ਹੋਊਗਾ ਤਾਂ ਉਹਨਾਂ ਨੂੰ ਜਿਹੜਾ ਜੋ ਬਣਦਾ ਜੁਰਮਾਨਾ ਹੈ ਉਹ ਬੰਦਾ ਲਾਊਗਾ। ਹੈਗੇ ਹੋ ਸੱਜੇ ਪਾਸੇ ਅਸੀਂ ਇੱਕ ਬੱਸ ਬੰਦ ਕੀਤੀ ਆ ਦਰ ਸੀਨੀਅਰ ਸੈਕੰਡਰੀ ਸਕੂਲ ਦੀ, ਜਿਹੜੀ ਕਿ ਵੱਡੀ ਬੱਸ ਹੈ, 52 ਸੀਟਰ ਹੈ, ਲੇਕਿਨ ਨਾ ਹੀ ਇਹ ਬੱਸ ਕਿਸੇ ਸਕੂਲ ਦੀ ਹੈ, ਨਾ ਹੀ ਪਤਾ ਲੱਗ ਰਿਹਾ ਕਿਸੇ ਟਰਾਂਸਪੋਰਟਰ ਦੀ ਹੈ। ਪਤਾ ਲੱਗਣ 'ਤੇ ਇਹ ਆਇਆ ਕਿ ਇਹ ਬੱਸ ਕੋਈ ਕਿਸੇ ਨੇ ਵੀ ਕਬਾੜ 'ਚੋਂ ਖਰੀਦੀ ਲੱਗਦੀ ਹੈ, ਇਹਦੀ ਵੀ ਅਸੀਂ ਘੋਖ ਕਰ ਰਹੇ ਹਾਂ। ਸਰ, ਓਵਰਲੋਡ ਵੀ ਬੱਸਾਂ ਪਾਈਆਂ ਗਈਆਂ ਨੇ ਕੋਈ ਬੱਚਿਆਂ ਨੇ? 6-7 ਬੱਸਾਂ ਓਵਰਲੋਡ ਪਾਈਆਂ ਗਈਆਂ ਨੇ ਜਿਹੜੀਆਂ ਕਿ 42 ਸੀਟਰ ਸੀਗੀਆਂ, ਬੱਚੇ ਉਹਨਾਂ 'ਚ ਥੋੜ੍ਹੇ ਜਿਹੇ ਜ਼ਿਆਦਾ ਸੀਗੇ। ਉੱਧਰ ਇਸੇ ਤਰ੍ਹਾਂ ਰੂਪਨਗਰ ਵਿੱਚ ਵੀ SDM ਰੂਪਨਗਰ ਹਰਜੋਤ ਕੌਰ ਨੇ ਤਹਿਸੀਲਦਾਰ ਕੁਲਦੀਪ ਸਿੰਘ ਅਤੇ ਹੋਰ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਵੱਖ ਵੱਖ ਥਾਵਾਂ 'ਤੇ ਤੈਨਾਤ ਕਰਕੇ ਨਾਕੇ ਲਗਵਾਏ ਅਤੇ ਸਕੂਲੀ ਵਾਹਨਾਂ ਦੀ ਚੈਕਿੰਗ ਕਰਵਾਈ ਗਈ। ਚੈਕਿੰਗ ਦੌਰਾਨ ਵੱਡੀ ਗਿਣਤੀ 'ਚ ਸਕੂਲੀ ਵਾਹਨਾਂ 'ਚ ਕਾਫੀ ਖਾਮੀਆਂ ਪਾਈਆਂ ਗਈਆਂ ਹਨ, ਜਿਸ ਤੋਂ ਬਾਅਦ ਕਰੀਬ 2 ਦਰਜਨ ਸਕੂਲੀ ਵਾਹਨਾਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਗਏ ਅਤੇ ਦਰਜਨ ਦੇ ਕਰੀਬ ਸਕੂਲੀ ਵਾਹਨਾਂ ਨੂੰ ਇੰਪਾਊਂਡ ਕੀਤਾ ਗਿਆ। ਇਸ ਚੈਕਿੰਗ ਤੋਂ ਬਾਅਦ ਸਕੂਲੀ ਵਾਹਨ ਚਾਲਕਾਂ ਅਤੇ ਸਕੂਲ ਪ੍ਰਬੰਧਕਾਂ 'ਚ ਹੜਕੰਪ ਮੱਚ ਗਿਆ ਹੈ। SDM ਹਰਜੋਤ ਕੌਰ ਦੇ ਮੁਤਾਬਕ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਇਹ ਚੈਕਿੰਗ ਸ਼ੁਰੂ ਕੀਤੀ ਗਈ ਹੈ ਅਤੇ ਰੋਜ਼ਾਨਾ ਚੈਕਿੰਗ ਹੁਣ ਜਾਰੀ ਰਹਿਣਗੀਆਂ।
ਹਾਂਜੀ, ਓਨਰੇਬਲ ਸੀ ਐਮ ਸਾਹਿਬ ਵੱਲੋਂ ਸਾਰੇ ਐਸ ਡੀ ਐਮਜ਼ ਨੂੰ, ਸਾਰੇ ਟਰਾਂਸਪੋਰਟ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇਹ ਹਦਾਇਤ ਹੋਈ ਹੈਗੀ ਹੈ ਕਿ ਸੇਫ ਸਕੂਲ ਵਾਹਨ ਸਕੀਮ ਦੇ ਤਹਿਤ ਜਿਹੜੀਆਂ ਰੈਗੂਲਰ ਅਤੇ ਸਟ੍ਰਿਕਟ ਚੈਕਿੰਗਸ ਨੇ ਉਹ ਰੈਗੂਲਰ ਬਣਾਈਆਂ ਜਾਣ, ਉਹਨਾਂ ਨੂੰ ਇਨਸ਼ੋਰ ਕੀਤਾ ਜਾਵੇ। ਇਸੀ ਲੜੀ ਦੇ ਤਹਿਤ ਅੱਜ ਅਸੀਂ ਸਵੇਰੇ 6 ਵਜੇ ਦੇ ਇੱਥੇ ਨਾਕਾ ਲਗਾ ਕੇ ਖੜ੍ਹੇ ਹੈਗੇ ਹਾਂ ਅਤੇ ਅਸੀਂ ਹੁਣ ਤੱਕ ਇਸ ਇੱਕ ਨਾਕੇ ਦੇ ਉੱਤੇ 15 ਚਲਾਨ ਅਸੀਂ ਕਰ ਚੁੱਕੇ ਹਾਂ ਅਤੇ ਜਿਹਦੇ ਵਿੱਚੋਂ ਕਿ 7-8 ਗੱਡੀਆਂ ਅਸੀਂ ਬਾਊਂਡ ਵੀ ਕੀਤੀਆਂ ਹੈਗੀਆਂ ਨੇ। ਇਸੀ ਤਰ੍ਹਾਂ 2 ਨਾਕੇ ਸ਼ਹਿਰ ਦੇ ਵਿੱਚ, ਇੱਕ ਸੁਰਜੀਤ ਹੋਸਪਿਟਲ ਦੇ ਕੋਲ ਅਤੇ ਇੱਕ ਪੁਲਿਸ ਲਾਈਨ ਦੇ ਕੋਲ ਲੱਗਿਆ ਹੋਇਆ, ਜਿੱਥੇ ਸਾਡੇ ਤਹਿਸੀਲਦਾਰ ਸਾਹਿਬ, ਨਾਇਬ ਤਹਿਸੀਲਦਾਰ ਸਾਹਿਬ ਅਤੇ ਨਾਲ ਟ੍ਰੈਫਿਕ ਪੁਲਿਸ ਹੈਗੀ ਹੈ ਜੀ। ਹਾਂਜੀ, ਕਾਫੀ ਕਮੀਆਂ ਨੇ ਜੀ, ਜਿੱਦਾਂ ਸੇਫ ਸਕੂਲ ਵਾਹਨ ਸਕੀਮ ਦੇ ਤਹਿਤ ਜਿਹੜੇ ਫਾਇਰ ਐਕਸਟਿੰਗੁਇਸ਼ਰਸ ਨੇ, ਸੀਸੀਟੀਵੀ ਕੈਮਰਾਜ਼ ਨੇ, ਮੇਲ ਫੀਮੇਲ ਅਟੈਂਡੈਂਟਸ ਹੋਣੇ ਜ਼ਰੂਰੀ ਹੈਗੇ ਨੇ, ਸਕੂਲ ਦਾ ਨਾਮ ਡਿਸਪਲੇ ਹੋਣਾ ਜ਼ਰੂਰੀ ਹੈ, ਤਾਂ ਉਹਦਾ ਕੁਛ ਵੀ ਨਹੀਂ ਹੈ। ਪਲੱਸ ਓਵਰਲੋਡਿੰਗ ਕਾਫੀ ਪਾਈ ਜਾ ਰਹੀ ਹੈਗੀ ਹੈ ਕਿ ਅਗੇਂਸਟ ਸਮ ਸੈਂਕਸ਼ਨਡ ਜਿਹੜੀ ਸੀਟਾਂ ਜਿਹੜੀਆਂ ਹੈ ਉਹ ਤੋਂ ਜ਼ਿਆਦਾ ਬੱਚੇ ਉਹਨਾਂ ਨੇ ਬਿਠਾਏ ਹੋਏ ਹੈ, ਕਈਆਂ ਕੋਲ ਆਰ ਸੀ ਲਾਇਸੈਂਸ ਕਾਗਜ਼ ਪੱਤਰ ਕੋਈ ਵੀ ਡਾਕੂਮੈਂਟ ਨਹੀਂ ਹੈ, ਤਾਂ ਅਸੀਂ ਕਾਫੀ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ। ਸੰਗਰੂਰ ਤੋਂ ਬਿਊਰੋ ਰਿਪੋਰਟ ਦੇ ਨਾਲ ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜ ਅਪ ਟੂਡੇ।